ਸਥਾਨਕ ਦਾਣਾ ਮੰਡੀ ਖੰਨਾ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਿੱਚ ਝਾੜਫੂਸ ਦੀ ਬੋਲੀ ਦੌਰਾਨ ਬੋਲੀ ਨਾ ਮਿਲਣ ਤੋਂ ਬਾਅਦ ਇੱਕ ਬੋਲੀਕਾਰ ਬਾਬਾ ਕਸ਼ਮੀਰ ਗਿਰ ਜੀ ਨੇ ਬੋਲੀ ਮੌਕੇ ਅਧਿਕਾਰੀਆਂ ਅਤੇ ਠੇਕੇਦਾਰਾਂ ਨਾਲ ਮਿਲੀ ਭੁਗਤ ਹੋਣ ਦੇ ਦੋਸ਼ ਲਗਾਏ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦੇ ਨਾਂ ਸਥਾਨਕ ਮਾਣਯੋਗ SDM ਖੰਨਾ ਰਾਹੀਂ ਦਿੱਤੇ ਗਏ ਮੰਗ ਪੱਤਰ ਵਿੱਚ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ ਮਾਰਕੀਟ ਕਮੇਟੀ ਖੰਨਾ ਵੱਲੋਂ ਅਜਨਾਜ ਮੰਡੀ ਖੰਨਾ ਵਿਖੇ ਜਿਨਸ ਵਿੱਚੋਂ ਨਿਕਲੇ ਝਾੜਫੂਸ ਦੀ ਬੋਲੀ ਹਰ ਸਾਲ ਦੀ ਤਰ੍ਹਾਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਹੀ ਕੀਤੀ ਜਾਂਦੀ ਹੈ। ਉਹਨਾਂ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਵੇਰੇ 10:30 ਸੂਚਨਾ ਬੋਰਡ 'ਤੇ ਨੋਟਿਸ ਲਗਾਇਆ ਗਿਆ ਸੀ ਜੋ ਕਿ ਨਿਯਮਾਂ ਅਨੁਸਾਰ 24 ਘੰਟੇ ਲਗਾਉਣਾ ਜ਼ਰੂਰੀ ਹੈ। ਉਹਨਾਂ ਦੋਸ਼ ਲਗਾਇਆ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਠੇਕੇਦਾਰ ਨੂੰ ਲਾਭ ਪਹੁੰਚਾਉਣ ਲਈ ਅਤੇ ਬਾਕੀ ਬੋਲੀਕਾਰਾਂ ਨੂੰ ਬੋਲੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਅਤੇ ਨਵੀਂ ਬੋਲੀਕਾਰਾਂ ਦੇ ਅਰਨੈਸਟ ਮਨੀ ਦੇ ਡਰਾਫਟ ਵੀ ਨਹੀਂ ਲੈ ਗਏ। ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਇਸ ਬੋਲੀ ਨੂੰ ਜਾਣਬੁੱਝ ਕੇ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਦੀ ਨੀਤ ਨਾਲ ਕੀਤਾ ਗਿਆ ਹੈ, ਜਿਸ ਨਾਲ ਪੁਰਾਣਾ ਠੇਕੇਦਾਰ ਇੱਕ ਸੀਜ਼ਨ ਵਿੱਚ ਵੱਧ ਤੋਂ ਵੱਧ 10 ਲੱਖ ਰੁਪਏ ਕਮਾ ਚੁੱਕਾ ਹੈ, ਜਿਸ ਕਰਕੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਦੇ ਲਈ ਇਹ ਕਾਰਾ ਕੀਤਾ ਗਿਆ ਹੈ। ਉਹਨਾਂ ਇਹ ਵੀ ਕਿਹਾ ਗਿਆ ਕਿ ਬੋਲੀ ਅਧਿਕਾਰੀਆਂ ਨੇ ਪੁਰਾਣੇ ਠੇਕੇਦਾਰਾਂ ਨੂੰ ਹੀ ਕਰੀਬ 13 ਲੱਖ ਰੁਪਏ ਦੇ ਵਿੱਚ ਇਸ ਮੰਡੀ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ, ਜਦਕਿ ਦੂਸਰੇ ਬੋਲੀਕਾਰ ਇਸ ਨੂੰ 20 ਲੱਖ ਰੁਪਏ ਤੱਕ ਵਧਾ ਸਕਦੇ ਹਨ। ਇੰਨੀ ਘੱਟ ਬੋਲੀ ਅਫਸਰਾਂ ਅਤੇ ਠੇਕੇਦਾਰਾਂ ਦੀ ਮਿਲੀ ਭੁਗਤ ਕਾਰਨ ਹੋਈ ਹੈ, ਜਿਸ ਕਾਰਨ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਚੁੱਕਾ ਹੈ। ਉਹਨਾਂ ਕਿਹਾ ਕਿ ਅਫਸਰਾਂ ਵੱਲੋਂ ਜਾਣਬੁੱਝ ਕੇ ਬੋਲੀਕਾਰਾਂ ਕੋਲੋਂ ਇਨਕਮ ਟੈਕਸ ਦੀਆਂ ਰਿਟਰਨਾਂ ਦੀ ਮੰਗ ਕੀਤੀ ਗਈ, ਜਦਕਿ ਝਾੜਫੂਸ ਦੇ ਠੇਕੇਦਾਰ 'ਤੇ ਕੋਈ ਟੈਕਸ ਲਾਗੂ ਨਹੀਂ। ਉਹਨਾਂ ਨਿਯਮਾਂ ਦੇ ਉਲਟ ਹੋਈ ਇਸ ਬੋਲੀ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। 11 ਵਜੇ ਲਗਾਈ ਅਤੇ ਪੁਰਾਣੇ ਠੇਕੇਦਾਰਾਂ ਨੂੰ ਹੀ ਡਰਾਫਟ ਲੈ ਕੇ ਅੰਦਰ ਵਾੜਿਆ, ਨਵੇਂ ਠੇਕੇਦਾਰਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਜਿਹੜੀ ਲੇਬਰ ਹੈ ਉਸ ਦੀ ਰਿਟਰਨਾਂ ਭਰ ਕੇ ਲਿਆਓ, ਫਿਰ ਤੁਹਾਨੂੰ ਠੇਕਾ ਦਿੱਤਾ ਜਾਏਗਾ। ਜਦਕਿ ਪਿਛਲੀ ਬੋਲੀ 35 ਲੱਖ ਰੁਪਏ 'ਚ ਗਈ ਸੀ, ਐਕਤੀ ਬੋਲੀ ਇਹਨਾਂ ਨੇ 13 ਲੱਖ ਰੁਪਏ ਦੀ ਅਫਸਰਾਂ ਨੇ ਰਲ ਮਿਲਾ ਕੇ ਉਹਦੇ 'ਚ ਪੈਸੇ ਪੂਸੇ ਖਾ ਕੇ ਪਹਿਲਾਂ ਹੀ ਸੈਟਿੰਗ ਕਰਕੇ ਪੁਰਾਣੇ ਠੇਕੇਦਾਰਾਂ ਨੂੰ ਹੀ ਦੇ ਦਿੱਤੀ। ਇਹ ਅਫਸਰਾਂ ਦੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਕਰਪਸ਼ਨ ਬੰਦ ਕਰਾਂਗੇ, ਔਰ ਜਦਕਿ ਇਹ ਸ਼ਰੇਆਮ ਕਰਪਸ਼ਨ ਹੋ ਰਹੀ ਹੈ। ਪੰਜਾਬ ਸਰਕਾਰ ਦੀ ਨੱਕ ਥੱਲੇ ਬੜੇ ਬੜੇ ਅਫਸਰ ਐਡੇ ਐਡੇ ਰੁਪਏ ਖਾ ਰਹੇ ਹੈ, ਜਿਹੜੀ 35 ਲੱਖ ਦੀ ਚੀਜ਼ ਹੈ 13 ਲੱਖ ਰੁਪਏ 'ਚ ਦੇ ਰਹੀ ਹੈ, ਔਰ ਮੰਡੀ ਬੋਰਡ ਬੇਧੜਕ ਔਰ ਸਾਰੇ ਅਫਸਰਾਂ ਨੂੰ ਕਿਹਾ ਗਿਆ ਕਿ ਇਹ ਤੁਹਾਡਾ ਗਲਤ ਕੰਮ ਹੈ, ਇਹ ਸਾਰੇ ਬੰਦਿਆਂ ਨੂੰ ਹੱਕ ਮਿਲਣਾ ਚਾਹੀਦਾ। ਔਰ ਖੁੱਲ੍ਹੀ ਬੋਲੀ ਦਾ ਹੁੰਦਾ ਮਤਲਬ ਕਿ ਡਰਾਫਟ ਦਿਓ ਔਰ ਬੋਲੀ ਵਿੱਚ ਬੈਠੋ। ਸਿਰਫ 3 ਬੰਦੇ ਹੀ ਪੁਰਾਣੇ ਠੇਕੇਦਾਰ ਹੀ ਉਹਦੇ 'ਚ ਬਿਠਾਏ ਗਏ ਨੇ, ਔਰ 13 ਲੱਖ ਰੁਪਏ ਦੀ ਬੋਲੀ ਤੋੜ ਦਿੱਤੀ ਗਈ। ਜਦਕਿ 50,000 ਰੁਪਏ ਦੀ ਪਹਿਲਾਂ ਡਰਾਫਟ ਦੇ ਤੇ, ਜੇ ਜਿਹਦੇ ਕੋਲ ਡਾਕੂਮੈਂਟ ਪੂਰੇ ਨਹੀਂ ਹੈਗੇ ਉਹ ਬੋਲੀ ਵਿੱਚ ਸ਼ਾਮਲ ਨਹੀਂ ਸੀ ਹੋ ਸਕਦਾ ਜੀ, ਅਤੇ ਖੁੱਲ੍ਹੀ ਬੋਲੀ ਕਰਵਾਈ ਹੈ ਉਹਦੀ ਬੋਰਡ, ਅਸੀਂ ਮੰਡੀ ਬੋਰਡ ਨੂੰ ਉਹਦੀ ਰਿਪੋਰਟ ਬਣਾ ਕੇ ਭੇਜ ਦਿੱਤੀ। ਹੁਣ ਮਹਿਕਮਾ ਉਹਨੂੰ ਅਪਰੂਵ ਕਰਦਾ ਕਿ ਰੱਦ ਕਰਦਾ ਅਤੇ ਮਹਿਕਮਾ ਦੇਖੂਗਾ। ਖੰਨਾ ਤੋਂ ਚਰਨ ਸਿੰਘ ਪੱਟੀ, ਜੀਵੇ ਪੰਜਾਬ ਦੇ ਲਈ।